ਫੋਰਸ ਦੇ ਵਿੱਚ ਜਾਣਾ ਵੀ ਮੇਰਾ ਡਿਸੀਜ਼ਨ ਨਹੀਂ ਸੀਗਾ ਜਿਹੜਾ ਉਹ ਨਹੀਂ ਉਹ ਵੀ ਉਹ ਪਰਮਾਤਮਾ ਦਾ ਡਿਸੀਜ਼ਨ ਹੈ ਠੀਕ ਆ ਤਾਂ ਮੈਂ ਤਾਂ ਇੱਕ ਬਹੁਤ ਹੀ ਮਤਲਬ ਸਾਰਾ ਦਿਨ ਹੱਸਦਾ ਰਹਿਣ ਵਾਲਾ ਬੰਦਾ ਜਿਹੜਾ ਕਹਿ ਲਓ ਵੀ ਇੱਥੇ ਆ ਕੇ ਫਿਰ ਉਹ ਤੋਂ ਬਾਅਦ ਐਂ ਲੱਗਿਆ ਯਾਰ ਹੱਸਣਾ ਵੀ ਕੋਈ ਹੁੰਦਾ ਸਾਲਾ ਆਹ ਕੰਮ ਆ ਇੱਕ ਇੱਕ ਫਿਲਮ ਬਣਾਉਣ ਦੇ ਲਈ ਨਾ ਇੰਨੀ ਮਿਹਨਤ ਲੱਗਦੀ ਆ ਨਾ ਮਤਲਬ ਇਹ ਉਹੀ ਜਾਣਦਾ ਜਿਹਨੇ ਫਿਲਮ ਬਣਾਈ ਹੁੰਦੀ ਆ ਹੈ ਨਾ ਅਤੇ ਜਦੋਂ ਮੈਂ ਪੜ੍ਹਦਾ ਸੀ ਪੜੋਸੀ ਨੌਕਰੀ ਨਿਕਲੀ ਉਹ ਵੀ ਮੈਂ ਸੁੱਤੇ ਪੈ ਰਹੇ ਮੈਂ ਆਪਾਂ ਕਹਿ ਰਿਹਾ ਵੀ ਤੂੰ ਭਰਦੇ ਫਾਰਮ ਵੀ ਇੱਥੇ ਉਹ ਵੀ ਕਰਦੇ ਸਹਿਣ ਉਹ ਵੀ ਹੋ ਗਿਆ ਕੰਮ ਉਹ ਵੀ ਉਹਦੇ ਰੰਗ ਹੈ ਨਾ ਅਤੇ ਜਦੋਂ ਉਹ ਕਰਦਾ ਸੀ ਤਾਂ ਉਦੋਂ ਮੈਨੂੰ ਟ੍ਰੇਨਿੰਗ 'ਚ ਕਹਿੰਦੇ ਹੁੰਦੇ ਸੀ ਕਹਿੰਦੇ ਉਹ ਤੂੰ ਇੱਥੇ ਹੀ ਕਰਦਾ ਮੇਰੇ ਜੂੜਾ ਕੀਤਾ ਹੋਣਾ ਨੀਕਰ ਪਖਾਖੀ ਪੈ ਹੋਣੀ ਚਿੱਟੀ ਟੀ ਸ਼ਰਟ ਮੈਂ ਕਹਿੰਦਾ ਕੀ ਉਹ ਦਾਤੀ ਹੱਥ 'ਚ ਘਾਹ ਖੁਰਜਣ ਮੈਂ ਕੀ ਤੂੰ ਫਿਲਮਾਂ ਫੁਲਮਾਂ ਜਾ ਸੋ ਇਹ ਮੈਂ ਆਪਣੇ ਕੰਨਾਂ ਨਾਲ ਸੁਣੇ ਨੇ ਵਰਡ ਹੈ ਨਾ ਕਿਹੜੀ ਪੋਸਟ ਸੀਗੀ ਬਾਈ ਬਈ ਮੈਂ ਕਾਂਸਟੇਬਲ ਸੀਗਾ ਅੱਛਾ ਕਾਂਸਟੇਬਲ ਟ੍ਰੇਨਿੰਗ ਕਰਦਾ ਸੀ ਉਹਦੀ ਕਿਹੜੀ ਜਗ੍ਹਾ ਮੈਂ ਲੁਧਿਆਣੇ ਸੀਗਾ ਲੁਧਿਆਣੇ ਵਾਹ ਠੀਕ ਆ ਉੱਥੇ ਤਾਂ ਅੱਜ ਥਾਣਾ ਯਾਦ ਆਉਂਦਾ ਬਈ ਮੇਰੂ ਨਹੀਂ ਨਹੀਂ ਥਾਣਾ ਛੱਡੋ ਤੁਸੀਂ ਉਹ ਮੇਰੇ ਡਿਪਾਰਟਮੈਂਟ ਦੀ ਇੰਨੀ ਸਪੋਰਟ ਆ ਨਾ ਮਤਲਬ ਮੈਨੂੰ ਦੱਸ ਨਹੀਂ ਸਕਦਾ ਤੁਹਾਨੂੰ ਮਤਲਬ ਉਹ ਹਾਂ ਅੱਜ ਵੀ ਹੁਣ ਪੁਲਿਸ ਮੈਂ ਕਹਿੰਦਾ ਵੀ ਜਿੰਨੀ ਪੁਲਿਸ ਅੱਜ ਸਪੋਰਟ ਕਰ ਰਿਹਾ ਅੱਜ ਤੁਸੀਂ ਹਿਸਾਬ ਲਾ ਲਓ ਵੀ ਲੁਧਿਆਣਾ ਪੁਲਿਸ ਹੋ ਗਈ ਉੱਧਰ ਪਟਿਆਲਾ ਹੋ ਗਈ ਉੱਧਰ ਫਿਰ ਜਹਾਨ ਕਿਲਾ ਵਾਲੇ ਕਪੂਰਥਲੇ ਟ੍ਰੇਨਿੰਗ ਸੈਂਟਰ ਵਾਲੇ ਹੋ ਗਏ ਬਹਾਦਰਗੜ੍ਹ ਟ੍ਰੇਨਿੰਗ ਸੈਂਟਰ ਵਾਲੇ ਹੋ ਗਏ ਲੱਡਾ ਕੋਠੀ ਵਾਲੇ ਜਿੰਨੀ ਸਪੋਰਟ ਸੰਗਰੂਰ ਤੋਂ ਪੁਲਿਸ ਵੱਲੋਂ ਜਿਹੜੀ ਸਪੋਰਟ ਮਿਲ ਰਹੀ ਹੈ ਨਾ ਮੈਨੂੰ ਲੱਗਦਾ ਨਹੀਂ ਕਿਸੇ ਫਿਰ ਉਹਨੂੰ ਇੰਨੀ ਮਿਲੀ ਹੋਣੀ ਅੱਜ ਤੱਕ ਪੁਲਿਸ ਲਾਈਨ ਤੋਂ ਛੱਡ ਕੇ ਇੱਧਰ ਆਉਣਾ ਕਿਵੇਂ ਹੋਇਆ ਵੀ ਮਤਲਬ ਕਿ ਕਿਉਂਕਿ ਨਾ ਇੱਥੇ ਜਿਹੜਾ ਬੰਦਾ ਆਉਂਦਾ ਨਾ ਉਹ ਤਿਆਰ ਹੋ ਕੇ ਆਉਂਦਾ ਕਿ ਬਈ ਸਬਰ ਬਹੁਤ ਆ ਪੇਸ਼ੈਂਸ ਆ ਐਂ ਹਾਰਡ ਵਰਕ ਆ ਮਿਹਨਤ ਚਾਰ ਗੁਣਾ ਵੱਧ ਹੈ ਥੋੜ੍ਹੀ ਆਮ ਜ਼ਿੰਦਗੀ ਦੇ ਨਾਲੋਂ ਹੈ ਨਾ ਇਹ ਤੁਹਾਡਾ ਜਿਹੜਾ ਮਾਇੰਡ ਸੈਟ ਆ ਜੋ ਬਈ ਇਹ ਕਿਵੇਂ ਬਣਿਆ ਅਤੇ ਪੁਲਿਸ ਲਾਈਨ ਤੋਂ ਛੱਡ ਕੇ ਇੱਥੇ ਆਉਣਾ ਕਿਵੇਂ ਹੋਇਆ ਇਹ ਅਸਲ ਦੇ ਵਿੱਚ ਨਾ ਮੇਰਾ ਡਿਸੀਜ਼ਨ ਨਹੀਂ ਹੈਗਾ ਮੈਂ ਸੁਣਿਆ ਹੈਗਾ ਪੁਲਿਸ ਦੇ ਵਿੱਚ ਜਾਣਾ ਵੀ ਮੇਰਾ ਡਿਸੀਜ਼ਨ ਨਹੀਂ ਸੀਗਾ ਜਿਹੜਾ ਉਹ ਨਹੀਂ ਉਹ ਵੀ ਉਹ ਪਰਮਾਤਮਾ ਦਾ ਡਿਸੀਜ਼ਨ ਹੈ ਠੀਕ ਆ ਤਾਂ ਮੈਂ ਤਾਂ ਇੱਕ ਬਹੁਤ ਹੀ ਮਤਲਬ ਸਾਰਾ ਦਿਨ ਹੱਸਦਾ ਰਹਿਣ ਵਾਲਾ ਬੰਦਾ ਜਿਹੜਾ ਕਹਿ ਲਓ ਵੀ ਇੱਥੇ ਆ ਕੇ ਫਿਰ ਉਹ ਤੋਂ ਬਾਅਦ ਐਂ ਲੱਗਿਆ ਯਾਰ ਹੱਸਣਾ ਵੀ ਕੋਈ ਹੁੰਦਾ ਸਾਲਾ ਆਹ ਕੰਮ ਆ ਇੱਕ ਇੱਕ ਫਿਲਮ ਬਣਾਉਣ ਦੇ ਲਈ ਨਾ ਇੰਨੀ ਮਿਹਨਤ ਲੱਗਦੀ ਆ ਨਾ ਮਤਲਬ ਇਹ ਉਹੀ ਜਾਣਦਾ ਜਿਹਨੇ ਫਿਲਮ ਬਣਾਈ ਹੁੰਦੀ ਆ ਹੈ ਨਾ ਅਤੇ ਜਦੋਂ ਮੈਂ ਪੜ੍ਹਦਾ ਸੀ ਪੜੋਸੀ ਨੌਕਰੀ ਨਿਕਲੀ ਉਹ ਵੀ ਮੈਂ ਸੁੱਤੇ ਪੈ ਰਹੇ ਮੈਂ ਆਪਾਂ ਕਹਿ ਰਿਹਾ ਵੀ ਤੂੰ ਭਰਦੇ ਫਾਰਮ ਵੀ ਇੱਥੇ ਉਹ ਵੀ ਕਰਦੇ ਸਹਿਣ ਉਹ ਵੀ ਹੋ ਗਿਆ ਕੰਮ ਉਹ ਵੀ ਉਹਦੇ ਰੰਗ ਹੈ ਨਾ ਅਤੇ ਜਦੋਂ ਉਹ ਕਰਦਾ ਸੀ ਤਾਂ ਉਦੋਂ ਮੈਨੂੰ ਟ੍ਰੇਨਿੰਗ 'ਚ ਕਹਿੰਦੇ ਹੁੰਦੇ ਸੀ ਕਹਿੰਦੇ ਉਹ ਤੂੰ ਇੱਥੇ ਹੀ ਕਰਦਾ ਮੇਰੇ ਜੂੜਾ ਕੀਤਾ ਹੋਣਾ ਨੀਕਰ ਪਖਾਖੀ ਪੈ ਹੋਣੀ ਚਿੱਟੀ ਟੀ ਸ਼ਰਟ ਮੈਂ ਕਹਿੰਦਾ ਕੀ ਉਹ ਦਾਤੀ ਹੱਥ 'ਚ ਘਾਹ ਖੁਰਜਣ ਮੈਂ ਕੀ ਤੂੰ ਫਿਲਮਾਂ ਫੁਲਮਾਂ ਜਾ ਸੋ ਇਹ ਮੈਂ ਆਪਣੇ ਕੰਨਾਂ ਨਾਲ ਸੁਣੇ ਨੇ ਵਰਡ ਹੈ ਨਾ ਕਿਹੜੀ ਪੋਸਟ ਸੀਗੀ ਬਾਈ ਬਈ ਮੈਂ ਕਾਂਸਟੇਬਲ ਸੀਗਾ ਅੱਛਾ ਕਾਂਸਟੇਬਲ ਟ੍ਰੇਨਿੰਗ ਕਰਦਾ ਸੀ ਉਹਦੀ ਕਿਹੜੀ ਜਗ੍ਹਾ ਮੈਂ ਲੁਧਿਆਣੇ ਸੀਗਾ ਲੁਧਿਆਣੇ ਵਾਹ ਠੀਕ ਆ ਉੱਥੇ ਤਾਂ ਅੱਜ ਥਾਣਾ ਯਾਦ ਆਉਂਦਾ ਬਈ ਮੇਰੂ ਨਹੀਂ ਨਹੀਂ ਥਾਣਾ ਛੱਡੋ ਤੁਸੀਂ ਉਹ ਮੇਰੇ ਡਿਪਾਰਟਮੈਂਟ ਦੀ ਇੰਨੀ ਸਪੋਰਟ ਆ ਨਾ ਮਤਲਬ ਮੈਨੂੰ ਦੱਸ ਨਹੀਂ ਸਕਦਾ ਤੁਹਾਨੂੰ ਮਤਲਬ ਉਹ ਹਾਂ ਅੱਜ ਵੀ ਹੁਣ ਪੁਲਿਸ ਮੈਂ ਕਹਿੰਦਾ ਵੀ ਜਿੰਨੀ ਪੁਲਿਸ ਅੱਜ ਸਪੋਰਟ ਕਰ ਰਿਹਾ ਅੱਜ ਤੁਸੀਂ ਹਿਸਾਬ ਲਾ ਲਓ ਵੀ ਲੁਧਿਆਣਾ ਪੁਲਿਸ ਹੋ ਗਈ ਉੱਧਰ ਪਟਿਆਲਾ ਹੋ ਗਈ ਉੱਧਰ ਫਿਰ ਜਹਾਨ ਕਿਲਾ ਵਾਲੇ ਕਪੂਰਥਲੇ ਟ੍ਰੇਨਿੰਗ ਸੈਂਟਰ ਵਾਲੇ ਹੋ ਗਏ ਬਹਾਦਰਗੜ੍ਹ ਟ੍ਰੇਨਿੰਗ ਸੈਂਟਰ ਵਾਲੇ ਹੋ ਗਏ ਲੱਡਾ ਕੋਠੀ ਵਾਲੇ ਜਿੰਨੀ ਸਪੋਰਟ ਸੰਗਰੂਰ ਤੋਂ ਪੁਲਿਸ ਵੱਲੋਂ ਜਿਹੜੀ ਸਪੋਰਟ ਮਿਲ ਰਹੀ ਹੈ ਨਾ ਮੈਨੂੰ ਲੱਗਦਾ ਨਹੀਂ ਕਿਸੇ ਫਿਰ ਉਹਨੂੰ ਇੰਨੀ ਮਿਲੀ ਹੋਣੀ ਅੱਜ ਤੱਕ।